ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ 13 ਸਾਲ ਦੀ ਬੱਚੀ ਨੂੰ ਪਹਿਲਾਂ ਰੇਪ ਕਰਨ ਤੇ ਉਸ ਤੋਂ ਬਾਅਦ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਇਬਰਾਹਿਮ ਅਲੀ ਨਾਮਕ ਵਿਅਕਤੀ ਨੂੰ ਹੁਣ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇਬਰਾਹਿਮ ਅਲੀ ਸੀਰੀਅਨ ਹੈ ਜੋ ਕਿ ਸੀਰੀਆ ਤੋਂ ਕੈਨੇਡਾ ਕੁਝ ਮਹੀਨੇ ਪਹਿਲਾਂ ਹੀ ਆਇਆ ਸੀ ਜਦੋਂ ਉਸਨੇ 13 ਸਾਲ ਦੀ ਬੱਚੀ ਦੇ ਨਾਲ ਕੁਝ ਅਜਿਹਾ ਕੀਤਾ 2017 ਵਿੱਚ, ਜਿਸ ਨੂੰ ਕਿ 25 ਸਾਲ ਤੱਕ ਜ਼ਮਾਨਤ ਵੀ ਨਹੀਂ ਮਿਲ ਸਕਦੀ, ਜੋ ਕਿ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋਇਆ, ਜਿਸ ਨੂੰ ਇਹ ਸਜ਼ਾ ਸੁਣਾਈ ਗਈ ਕਿ ਉਸ ਨੂੰ 25 ਸਾਲ ਤੱਕ ਜ਼ਮਾਨਤ ਤੇ ਜਾਣ ਦਾ ਮੌਕਾ ਵੀ ਨਹੀਂ ਦਿੱਤਾ ਜਾਵੇਗਾ, ਯਾਨੀ ਕਿ ਸਤੰਬਰ 2043 ਤੱਕ ਉਹ ਜ਼ਮਾਨਤ ਲਈ ਯੋਗਤਾ ਨਹੀਂ ਰੱਖ ਸਕੇਗਾ। ਬਰਨਬੀ ਦੇ ਸੈਂਟਰਲ ਪਾਰਕ ਵਿੱਚ ਬੱਚੀ ਜੁਲਾਈ 2017 ਨੂੰ ਮ੍ਰਿਤਕ ਮਿਲੀ ਸੀ, ਜੋ ਕਿ ਪਹਿਲਾਂ ਲਾਪਤਾ ਸੀ, ਜਿਸ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਸੀ, ਪਰ ਜਦੋਂ ਉਹ ਮਿਲੀ ਤਾਂ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸਦੇ ਨਾਲ ਰੇਪ ਵੀ ਹੋਇਆ ਸੀ। ਪਿਛਲੇ ਸਾਲ ਦਸੰਬਰ ਮਹੀਨੇ ਹੀ ਇਬਰਾਹਿਮ ਅਲੀ ਨੂੰ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤੇ ਹੁਣ ਸਜ਼ਾ ਸੁਣਾਈ ਗਈ ਹੈ। ਬੱਚੀ ਦੇ ਪਿਤਾ ਨੇ ਕਿਹਾ ਕਿ ਜਦੋਂ ਉਸਨੂੰ ਬੱਚੀ ਦੇ ਲਾਪਤਾ ਹੋਣ ਤੇ ਉਸਦੀ ਜਾਨ ਜਾਣ ਦੇ ਬਾਰੇ ਪਤਾ ਲੱਗਿਆ, ਉਸ ਸਮੇਂ ਉਹ ਚੀਨ ਵਿੱਚ ਸੀ, ਜਿਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਪਛਾਣ ਨੂੰ ਵੀ ਜਨਤਕ ਨਹੀਂ ਕੀਤਾ ਜਾ ਰਿਹਾ। ਬੱਚੀ ਦੀ ਮਾਂ ਦੀ ਹਾਲਤ ਹਜੇ ਤੱਕ ਠੀਕ ਨਹੀਂ ਹੈ, ਜਿਸ ਦੇ ਨਾਲ ਇਹ ਘਿਨੌਣੀ ਹਰਕਤ ਤੇ ਉਸਦਾ ਕਤਲ ਜੁਲਾਈ 2017 ਵਿੱਚ ਹੋਇਆ ਸੀ ਤੇ ਜਿਸ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਹੁਣ ਸੁਣਾਈ ਗਈ ਹੈ।